ਆਹੋ ਬਿਗਨਾ ਬਹੁ ਲਾਗਿਆ ਜਾ ਕੇ ਪ੍ਰਭ ਅੱਗੇ ਅਰਦਾਸ ਅਰਦਾਸ ਬੇਨਤੀ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰਤਿਆ ਗੁਰੂ ਨਾਨਕ ਲਈ ਧਿਆਏ ਪ੍ਰਭੰਗਤ ਗੁਰੂ ਕੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਸੇਵਕ ਮਾਤਾ ਜੀ ਗੁਰਮੇਲ ਕੌਰ ਸਤਿਗੁਰੂ ਪਾਤਸ਼ਾਹ ਜੀ ਜਿੰਨੀ ਆਪਣੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਆਪ ਨੂੰ ਪੂਰਾ ਕਰਦੇ ਹੋਏ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਸੰਸਾਰ ਯਾਤਰਾ ਕਰਦੇ ਸਤਿਗੁਰੂ ਜੀ ਆਪ ਜੀ ਦੇ ਹੁਕਮ ਭਾਣੇ ਅਨੁਸਾਰ ਆਪ ਜੀ ਦੇ ਸਦੇ ਪੁੱਤਰ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਲਾਦੇ ਸਨ ਮਾਤਾ ਜੀ ਦੀ ਆਤਮ ਸ਼ਾਂਤੀ ਵਾਸਤੇ ਉਹਨਾਂ ਦਾ ਸਮੂਹ ਪਰਿਵਾਰ
अमृत गुरु
ਪਰਿਵਾਰ ਨੇ ਕਰਮ ਕਰਵਾਏ, ਸਤਿਗੁਰ ਜੀ ਨੇ ਦਇਆ ਵਰਤਾਈ ਔਰ ਗੁਰੂ ਦੇ ਵਸੀਲਾ ਨੇ ਗੁਰਬਾਣੀ ਦੇ ਆਦਿ ਮਤ ਅੰਤ ਅੰਮ੍ਰਿਤ ਵੇਲੇ ਭੋਗ ਪਾਏ ਨੇ। ਉਪਰੰਤ ਦੁਪਹਿਰ ਵੇਲੇ ਪੈਰ ਦਾ ਦੀਵਾਨ ਦੀਨ ਦੁਨੀ ਦੇ ਮਾਲਕ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਕੇ ਸਤਿਗੁਰ ਜੀ ਦੀ ਅੰਮ੍ਰਿਤ ਗੋਦ ਵਿੱਚ ਬੈਠ ਕੇ ਗੁਰੂ ਕੀ ਕੀਰਤੀ ਗਾਉਣ ਲਈ ਛਡਾਇਆ ਹੈ। ਹਜ਼ੂਰ ਦੇ ਅੰਮ੍ਰਿਤ ਬੋਲ ਪੜੇ ਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਕਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ, ਜਿਹੜੀ ਤੈਨੂੰ ਭਾਉਂਦੀ ਹੈ ਉਹ ਫੈਸਲਾ ਤੂੰ ਕਰ ਦੇਣਾ। ਅਤੇ ਅੱਜ ਬੱਚਿਆਂ ਨੇ ਤੇਰੇ ਘਰ ਦਾ ਕੀਤਾ ਫੈਸਲਾ ਮੰਨਿਆ ਅਤੇ ਤੇਰੀ ਰੰਡਾ ਅੰਦਰ ਚੁੱਕ ਕੇ ਅਰਦਾਸ ਕਰਨ ਆਏ ਨੇ ਕਿ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਮਾਣਿਆਂ ਦੇ ਤਾਣ ਸਤਿਗੁਰੂ ਨੇ ਕੋਟਿਆਂ ਦੀ ਕੋਟ ਸੱਚੇ ਪਾਤਸ਼ਾਹ, ਜੇ ਸਾਡਾ ਕੋਈ ਜੋਰ ਚੱਲਦਾ ਹੁੰਦਾ ਅਤੇ ਅੱਜ ਥੋੜ੍ਹੇ ਬਹੁਤੇ ਸਵਾਸ ਇੱਕ ਦੂਜੇ ਤੋਂ ਲੈ ਕੇ ਅਸੀਂ ਸਤਿਕਾਰ ਯੋਗ ਮਾਮੀ ਜੀ ਮਾਤਾ ਗੁਰਮੀਲ ਕੌਰ ਜੀ ਨਾਲ ਉਮਰਾਂ ਵਧਾ ਲੈਂਦੇ, ਪਰ ਵਾਹਿਗੁਰੂ ਤੇਰੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਿਆ। ਮੈਂ ਭੈਣਾਂ ਮਾਤਾਵਾਂ ਨੂੰ ਬੇਨਤੀ ਕਰਾਂਗਾ, ਮਾਰਜ ਵੱਲੀ ਪਿੱਠ ਨਾ ਕਰਿਓ, ਗੁਰੂ ਕੇ ਪਿਆਰਿਓ। ਅੱਜ ਉਸ ਮਾਂ ਦੇ ਆਪਾਂ ਗੱਲ ਲੱਗੇ ਹਾਂ ਜਿਹਦੇ ਵਰਗਾ ਦੂਜਾ ਦੁਨੀਆਂ 'ਤੇ ਨਹੀਂ। ਗਿਆਨ ਧਿਆਨ ਕਿਸ ਕਾਰਨ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ। ਅੱਜ 9 ਰੋਜ਼ ਦਿਨ ਪਹਿਲਾਂ ਆਪਾਂ ਇੱਕ ਦੂਜੇ ਦੇ ਗੱਲ ਲੱਗ ਕੇ ਰੋਂਦੇ ਰਹੇ, ਪਰ ਅੱਜ ਆਪਾਂ ਸਾਰੇ ਰਿਸ਼ਤੇਦਾਰਾਂ ਨੇ, ਭੈਣ ਭਰਾਵਾਂ ਨੇ, ਨਗਰ ਵਾਸੀਆਂ ਨੇ, ਮਿੱਤਰਾਂ ਦੋਸਤਾਂ ਨੇ, ਜਿੱਥੋਂ ਤੱਕ ਗਿੱਲ ਪਰਿਵਾਰ ਦੀਆਂ ਲਗਨਾਂ ਦਾ ਵਾਧਾ ਹੋਇਆ, ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰਨੀ ਹੈ, ਬਾਬਾ ਸਾਡੀ ਅਕਲ ਨੇ ਤੇਰੇ ਪੂਰੇ ਕੰਮ ਨਹੀਂ ਕੀਤਾ, 2-2.5 ਸਾਲ ਭੱਜਿਆ ਭੱਜਿਆ ਲੰਘ ਗਏ, ਜਿੱਥੇ ਕਿਤੇ ਦਸ ਪੈਂਦੀ ਰਹੀ, ਸੁੱਖ ਦੀ ਆਸ ਲੈ ਕੇ ਤੇਰੇ ਬੱਚੇ ਭੱਜ ਜਾਇਆ ਕਰਦੇ ਸਨ। ਪਰਮਾਤਮਾ ਜੇ ਤੇਰੇ ਅੱਗੇ ਸਿਆਣ ਕੰਮ ਕਰਦੀ ਹੁੰਦੀ ਤੇ ਅੱਜ ਅਸੀਂ ਸਫਲਤਾ ਲੈਣ ਵਿੱਚ ਕਾਮਯਾਬ ਹੋ ਜਾਂਦੇ, ਪਰ ਤੇਰੇ ਅਮਰ ਬਚਨ ਅਟਲ ਨੇ ਜੋ ਕਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਫੈਸਲਾ ਕਰ ਦੇਣਾ। ਸਤਿਕਾਰ ਯੋਗ ਮਾਮੀ ਜੀ ਦੁਨੀਆਂ ਵਿੱਚ ਆਏ, ਕਦੇ ਆਪਣੀ ਮਾਂ ਦੀ ਗੁਕਲ ਵਿੱਚ ਲੋਰੀਆਂ ਲਈਆਂ ਤੇ ਕਦੇ ਆਪਣੀ ਗੁਕਲ ਵਿੱਚ ਪੁੱਤ ਲਗਨਾਂ ਉਸੇ ਮੁੰਡੇ ਜੋ ਨਿਕਲਦੀਆਂ ਨੇ ਜਿਹਨਾਂ ਦੀਆਂ ਲੰਬੀਆਂ ਜੜਾਂ ਹੁੰਦੀਆਂ, ਕਦੇ ਦਾਦਾ ਜੜ ਕਦੇ ਪੜਦਾਦਾ ਜੜ। ਅੱਜ ਦੇ ਵਿਸ਼ੇਸ਼ ਦੀਵਾਨ ਵਿੱਚ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ, ਨਾ ਧੋਖ ਲੈਣੀ, ਨਾ ਛਾਂ ਰਹਿਣੀ, ਨਾ ਪਿਓ ਰਹਿਣਾ, ਨਾ ਮਾਂ ਰਹਿਣੀ, ਨਾ ਹਾਂ ਰਹਿਣੀ, ਨਾ ਰਹਿਣੀ, ਤੁਰ ਜਾਣਾ ਜਹਾਨ ਤੋਂ ਇੱਕ ਦਿਲ ਵੱਜਿਆ। ਸਤਿਗੁਰ ਦੀ ਅੰਮ੍ਰਿਤ ਬਾਣੀ ਸੱਚ ਸੁਣਾਉਂਦੀ ਹੈ, ਪਰ ਕਰਮਾਂ ਬਾਣੀ ਨੂੰ ਹੋਈ ਅਲਖੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਚੁਕਾਉਂਦੀ। ਗੁਰੂ ਕੇ ਪਿਆਰੇ ਸਿੱਖੋ, ਸਤਿਗੁਰ ਜੀ ਦੀ ਗੁਰਮਤ ਵਿੱਚ ਰਹਿ ਕੇ ਆਪ ਸਾਰਿਆਂ ਦੀ ਹਾਜ਼ਰੀ ਭਰਨੀ ਤੇ ਮਾਂ ਰੱਜ ਕੇ ਜੋੜਨੀ ਕਰਾਂਗੇ। ਵਾਹਿਗੁਰੂ ਜਿਵੇਂ ਤੈਨੂੰ ਖੇਡ ਚੰਗੀ ਲੱਗੀ ਤੂੰ ਵਰਤਾ ਦਿੱਤੀ ਤੇ ਅੱਜ ਬੱਚੇ ਤੇਰੀ ਰੰਡਾ ਨੂੰ ਮੰਨਣ ਵਾਸਤੇ ਬੈਠੇ ਨੇ। ਕਹਿਣਾ ਬੜਾ ਸੌਖਾ ਹੈ, ਰੱਬ ਦਾ ਭਾਣਾ ਮੰਨਣਾ ਬੜਾ ਔਖਾ ਹੈ, ਪਰ ਗੁਰਮੁਖੋ ਅਕਾਲ ਦੀ ਬਾਣੀ ਦੇ ਅਟਲ ਫੈਸਲੇ ਨੇ ਤੇ ਮੈਂ ਅੱਜ ਆਰੰਭ ਕਰਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਹਨਾਂ ਬੂਟਿਆਂ ਦੀਆਂ ਜੜ੍ਹਾਂ ਨੇ ਉਹਨਾਂ ਵਿੱਚੋਂ ਲਗਰਾਂ ਨੇ ਜੇ ਬੁੱਟੀਆਂ, ਖਿਆਲ ਕਰਿਓ ਗੁਰਮੁਖੋ, ਗੁਰੂ ਸਾਹਿਬ ਦੇ ਪੂਰੇ ਬੂਟੇ ਪਏ, ਇਹਨਾਂ ਨੂੰ ਨਕਲੀ ਗੁਲਾਬ ਦੇ ਫੁੱਲ ਵੀ ਲੱਗੇ ਨੇ, ਨਕਲੀ ਕਲੀਆਂ ਵੀ ਲੱਗੀਆਂ ਨੇ, ਪਰ ਸੱਚ ਕਰਕੇ ਜਾਣਗੇ ਤਰੱਕੀ ਨਹੀਂ ਕਰਨਗੇ ਕਿਉਂਕਿ ਇਹਨਾਂ ਦੀ ਜੜ੍ਹ ਨਹੀਂ। ਖਿਮਾ ਕਰਿਓ ਖਾਲਸਾ ਜੀ, ਜਦੋਂ ਮਾਂ ਜੜ੍ਹ ਬਣ ਜਾਂਦੀ ਹੈ ਤੇ ਪੁੱਤ ਲਗਰਾਂ ਧੀਆਂ ਲਗਰਾਂ ਨਿਕਲਦੀਆਂ ਨੇ ਤੇ ਫਿਰ ਉਹ ਬੂਟਾ ਮਜ਼ਬੂਤ ਹੋ ਜਾਂਦਾ ਹੈ ਤੇ ਉਹਦੇ ਵਿੱਚੋਂ ਪੋਤਰੇ ਪੋਤਰਿਆਂ ਦੀਆਂ ਲਗਰਾਂ ਨਿਕਲਦੀਆਂ। ਖਿਆਲ ਕਰਿਓ ਗੁਰਮੁਖੋ, ਅੱਜ ਮਨ ਭਰਦਾ ਵੀ ਹੈ ਤੇ ਮਨ ਸਬਰ ਵਿੱਚ ਕਿਵੇਂ ਆਵੇ। ਹੁਣ ਜਿਹੜੇ ਬੂਟੇ ਦੀ ਜਾੜੀ ਨੇ ਉਹਦੇ ਚੋਂ ਲਗਰ ਕਿੱਥੋਂ ਨਿਕਲੇਗੀ? ਅੱਜ ਬਾਜ਼ਾਰ ਵਿੱਚ ਗੁਲਾਬ ਨਕਲੀ ਵੀ ਮਿਲਦਾ,
ਗੇਂਦਾ ਨਕਲੀ ਵੀ ਮਿਲਦਾ ਤੇ ਕਲੀਆਂ ਦੇ ਫੁੱਲ ਵੀ ਨਕਲੀ ਮਿਲਦੇ ਨੇ। ਪਰ ਜਿਹਨੇ ਗੁਰੂ ਸਾਹਿਬ ਕੋਲੇ ਗੁਰਦਸਤੇ ਪਏ ਨੇ, ਖਿਆਲ ਕਰਿਓ ਭਾਣਾ ਕਿਵੇਂ ਮੰਨਣਾ ਹੈ। ਅੱਜ ਪਰਿਵਾਰ ਨੇ ਕਿਵੇਂ ਸਬਰ ਦਾ ਘੁੱਟ ਭਰ ਕੇ ਕਹਿਣਾ, ਜੋ ਦਿਸ ਭਾਵੇ ਨਾਨਕਾ ਸਾਰੀ ਗੱਲ ਚੰਗੀ, ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਖੇਡ ਵਰਤਾ ਦੇ। ਗੁਰੂ ਕੇ ਪਿਆਰੇ ਸਿੱਖੋ, ਇਹ ਅਸਲੀ ਗੁਲਾਬ ਦਾ ਬੂਟਾ ਜੇ ਧਰਤੀ ਤੇ ਲੱਗਾ ਹੁੰਦਾ ਤੇ ਇਹਨੇ ਮਰ ਜਾਣੇ ਨੇ, ਲਗਾ ਕੱਢਣੀਆਂ ਸੀ, ਇਹਨੇ ਨਵੇਂ ਫੁੱਲ ਵੀ ਕੱਢਣੇ ਸੀ, ਇਹਦੇ ਨਾਲ ਪੱਤੇ ਟੁੱਟ ਕੇ ਗਿਰ ਵੀ ਜਾਂਦੇ ਤੇ ਇਹਨਾਂ ਨਾਲ ਨਵੇਂ ਪੱਤੇ ਵੀ ਲੱਗਣੇ ਸੀ। ਪਰ ਗੁਰੂ ਕੇ ਸਿੱਖਾ ਸਤਿਗੁਰ ਦੀ ਹਜ਼ੂਰੀ ਆਉਣ ਤੋਂ ਪਹਿਲਾਂ ਇਹ ਮਨ ਵਿੱਚ ਇਹਨਾਂ ਨੂੰ ਜਜ਼ਬਾ ਭਰ ਕੇ ਆਈ ਕਿ ਮੇਰਾ ਬਾਬਾ ਤੇਰੇ ਸਿਰ ਤੇ ਹੱਥ ਰੱਖ ਕੇ ਸਬਰ ਦਾ ਮੈਨੂੰ ਦਾਨ ਬਖਸ਼ੇ। ਅੱਜ ਗੁਰੂ ਅੱਗੇ ਅਰਦਾਸ ਕਰਾਂਗੇ, ਨੇ ਮਾਣਿਆ ਦੇ ਮਾਣ ਸਤਿਗੁਰੂ, ਨੇ ਦਾਣਿਆ ਦੇ ਦਾਨ ਸਤਿਗੁਰੂ। ਪੁੱਤਰ ਉਹੀ ਹੈ ਜਿਹੜਾ ਮਾਂ ਪਿਓ ਦੇ ਆਖੇ ਲੱਗੇ,
ਜਿਹੜਾ ਮਾਂ ਪਿਓ ਦੇ ਆਖੇ ਨਾ ਲੱਗੇ ਉਹਨੂੰ ਬਾਣੀ ਪੁੱਤਰ ਸਵੀਕਾਰ ਨਹੀਂ ਕਰਦੀ। ਧੰਨ ਗੁਰੂ ਰਾਮਦਾਸ ਮਹਾਰਾਜ ਤਖਤ ਦੇ ਬੈਠੇ ਨੇ, ਧੰਨ ਬਾਬਾ ਪ੍ਰਿਥੀ ਚੰਦ ਜੀ ਨੇ ਆ ਕੇ ਸਹਿਬਾ ਨੂੰ ਚੌਲ ਚੜਾਉਣਾ ਕੰਮ ਕਰ ਦਿੱਤਾ। ਅੱਜ ਵੀ ਗੁਰੂ ਰਾਮਦਾਸ ਤਖਤ ਤੇ ਬੈਠੇ ਨੇ ਤੇ ਭਾਈ ਸਾਹਿਬ ਸਤਿਗੁਰ ਜੀ ਦਾਤਿਆਂ ਵਿੱਚ ਹਜ਼ੂਰ ਨੂੰ ਚਰਨ ਦੀ ਸੇਵਾ ਨਿਭਾ ਰਿਹਾ। ਧੰਨ ਬਾਬਾ ਮਹਾਂਦੇਵ ਜੀ ਆਏ ਤੇ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਤੇ ਸਾਰੇ ਪਿੰਡ ਡਾਕਟਰਾਂ ਪੜ ਕੇ ਬੈਠ ਗਏ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਰਬਾਰ ਵਿੱਚ ਆਏ, ਗੁਰੂ ਰਾਮਦਾਸ ਦੇ ਚਰਨਾਂ ਤੇ ਸਿਜਦਾ ਕੀਤਾ ਤੇ ਖੱਬੇ ਪਾਸੇ ਚੌਂਕੜੀ ਮਾਰ ਕੇ ਬੈਠ ਗਏ। ਮੇਰਾ ਦੇ ਸਾਈਂ ਮੇਰਾ ਦੇ ਘਰ ਵਿੱਚ ਆਏ, ਬਲਿਹਾਰੀ ਕੁਦਰਤ ਵਰਸਿਆ ਤੇਰਾ ਅੰਤਰਾ ਜਾਰੀ ਰੱਖਿਆ। ਆਪ ਵੀ ਬੇਅੰਤ ਹੈ, ਜਿਹੜੀਆਂ ਖੇਡਾਂ ਵੀ ਬੇਅੰਤ ਨੇ। ਤੁਸੀਂ ਕਈ ਵਾਰ ਦੇਖੋਗੇ ਜਿਹਨੂੰ ਰੱਖਣਾ ਮੌਤ ਦੇ ਮੂੰਹ ਵਿੱਚੋਂ ਰੱਖ ਲੈਂਦਾ ਹੈ, ਦੋ ਸਾਲਾਂ ਦਾ ਕੌਮਾਂ ਚ ਗਿਆ ਬੰਦਾ ਉਹਨੂੰ ਦੁਬਾਰਾ ਸੁਰਤ ਆ ਜਾਂਦੀ ਹੈ ਤੇ ਜਿਹਨੂੰ ਲਜਾਣਾ ਜੂਠੋ ਜਮਾ ਜਿਉਂਦੇ ਕਰਕੇ ਦੁਬਾਰਾ ਮਾਰ ਦਿੰਦਾ ਹੈ। ਅਕਾਲ ਦੇ ਘਰ ਦੀਆਂ ਖੇਡਾਂ ਨੇ, ਦਿਮਾਗ ਚਲਾਉਣਾ ਵੀ ਇਹਦੇ ਬਸ, ਦਿਮਾਗ ਰੋਕਣਾ ਵੀ ਇਹਦੇ ਬਸ, ਗੁਰਦੇ ਫੇਫੜੇ ਚਲਾਉਣੇ ਵੀ ਇਹਦੇ ਬਸ ਤੇ ਰੋਕਣੇ ਵੀ ਇਹਦੇ ਬਸ। ਇਹ ਤੋਂ ਬਿਨਾਂ ਰੋਕ ਨਹੀਂ ਆ ਸਕਦਾ ਤੇ ਇਹਦੇ ਹੁਕਮ ਤੋਂ ਬਿਨਾਂ ਰੋਕ ਨਹੀਂ ਆ ਸਕਦਾ, ਨਾ ਰੋਕ ਜਾ ਸਕਦਾ ਤੇ ਨਾ ਰੋਕ ਆ ਸਕਦਾ। ਅੱਜ ਉਹ ਵੀ ਨੇ ਗੁਰਮੁਖੋ, ਇੱਕ ਮਾਂ ਨੂੰ ਤਾਂ ਰੱਬ ਨੇ ਪੁੱਤ ਦਿੱਤਾ ਹੀ ਨਹੀਂ, ਉਹ ਦੁਨੀਆਂ ਤੇ ਤੁਰਦੀ ਹੈ, ਝੁਰਦੀ ਇੰਨਾ ਹੈ ਕਿ ਰੱਬਾ ਮੈਨੂੰ ਪੁੱਤ ਨਹੀਂ ਦਿੱਤਾ, ਮੈਨੂੰ ਧੀ ਦਿੰਦਾ, ਮੇਰੀ ਜਗ ਵਿੱਚ ਸਾਂਝ ਲੈ ਜਾਂਦੀ। ਦੂਜਾ ਬੱਚਾ ਬਾਬਾ ਜਰਨੈਲ ਸਿੰਘ ਹੋਣਾ ਅੰਮ੍ਰਿਤਰਾਜ ਵਿੱਚ ਰਹੀਆ ਹੈ, ਇੱਕ ਨੂੰ ਧੀ ਪੁੱਤ ਦਿੱਤਾ ਹੀ ਨਹੀਂ, ਉਹ ਮਾਂ ਵੀ ਦੁਖੀ, ਇੱਕ ਨੂੰ ਧੀ ਪੁੱਤ ਦਿੱਤੇ ਨੇ ਮੋਢਿਆਂ ਦੇ ਬਰਾਬਰ ਕਰਕੇ ਲੈ ਗਿਆ, ਉਹ ਵੀ ਮਾਂ ਦੁਖੀ, ਤੇ ਇੱਕ ਨੂੰ ਪੰਜ ਪੰਜ ਪੁੱਤ ਦਿੱਤੇ ਨੇ ਮਾਪਿਆਂ ਦੇ ਕਹਿਣੇ ਚੋਂ ਬਾਹਰ ਹੋ ਗਏ ਤੇ ਮਾਂ ਉਹ ਵੀ ਦੁਖੀ। ਤੇ ਗੁਰੂ ਬਾਬੇ ਦੀ ਬਾਣੀ ਵਿੱਚ ਬੋਲ ਗਏ, ਬਾਲੀ ਰੋਵੇ ਨਾਹੀ ਪਧਾਰ, ਨਾਨਕ ਦੁਖੀਆ ਸਾਰਾ ਸੰਸਾਰ ਭਲਿਆ। ਇਹਦੇ ਸੁੱਖ ਦੀ ਗੱਲ ਪਿਆ ਕਰਦਾ ਹੈ, ਜੇ ਮਾਇਆ ਬੰਦੇ ਨੂੰ ਸੁੱਖ ਦਿੰਦੀ ਹੁੰਦੀ ਤੇ ਸਿਕੰਦਰ ਬਾਦਸ਼ਾਹ ਵਰਗੇ ਕਦੇ ਦੁਖੀ ਨਾ ਹੁੰਦੇ। ਗੁਰੂ ਦੇ ਪਿਆਰੇ ਸਿੱਖੋ, ਜਿਹਦਾ ਤਨ ਸੁਖੀ ਉਹਦਾ ਮਨ ਦੁਖੀ ਤੇ ਜਿਹਦਾ ਮਨ ਦੁਖੀ ਉਹਦਾ ਤਨ ਸੁਖੀ। ਮੇਰੇ ਬਾਬੇ ਦੀ ਬਾਣੀ ਅੰਦਰ ਬੋਲ ਕੇ, ਸੋ ਸੁਖੀਆ ਦੇ ਨਾਮ ਆਧਾਰ, ਜਿਹਦੇ ਅੰਦਰ ਨਾਮ ਦਾ ਕੀਰਤਨ ਯਾਤਰਾ ਕਰਦਾ ਹੈ ਤੇ ਅੰਦਰ ਦੀ ਨਿਮਰਤਾ ਮਨ ਮਾਰ ਕੇ ਕਰਦਾ ਹੈ, ਉਹਨੂੰ ਕੋਈ ਗੁੱਸੇ ਦਾ ਬੋਲ ਬੋਲ ਨਹੀਂ ਲਾਏ, ਉਹ ਤਾਂ ਵੀ ਪਾਣੀ ਨਾਲ ਪੀ ਕੇ ਸਬਰ ਕਰਦਾ। ਤੂੰ ਕਹਿ ਲਿਆ ਤੇ ਮੈਂ ਕਹਿ ਲਿਆ, ਪਰ ਗੁੱਸਾ ਮਾਰਨਾ ਬੜਾ ਔਖਾ ਹੈ। ਗੁਰੂ ਖੋ ਇੱਥੇ ਮਾਝੂ ਤੇ ਮਾਝੂ ਵਾੜ ਵਾੜੇ ਹੁਣ ਧੰਨ ਗੁਰੂ ਰਾਮਦਾਸ ਵਿਖੇ ਨੇ, ਬਾਬਾ ਫਿਰਦੀ ਜਨ ਦੀ ਜਬਰ ਦੀ ਸੇਵਾ ਪੈ ਕਰਦੇ। ਹਜ਼ੂਰ ਨੇ ਅੰਮ੍ਰਿਤ ਬੋਲ ਕੇ ਕਹਿਣ ਲੱਗੇ, ਤੁਹਾਡੇ ਤਾਏ ਦਾ ਸੁਨੇਹਾ ਹੈ, ਵੇਖੋ ਭਰਾਵਾਂ ਦਾ ਪਿਆਰ, ਸਦਾ ਸਹਾਈ ਮਲ ਤਾਇਆ। ਧੰਨ ਗੁਰੂ ਰਾਮਦਾਸ ਉਹਨਾਂ ਦੇ ਭਤੀਜੇ, ਮੇਰੇ ਧੰਨ ਗੁਰੂ ਰਾਮਦਾਸ ਦੇ ਵਿਰਾਗ ਵਿੱਚ ਸਾਂਝਾ ਕੀਤਾ, ਲੰਘੇ ਆਣ ਜਥੇ ਤੋਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਣੀਆਂ ਸਬਾਬ ਕਰੇ। ਸਤਿਗੁਰ ਦੀ ਗੁਰਬਾਣੀ ਅਕਾਲ ਮੂਲ ਹੈ, ਭੁੱਲਾਂ ਸਾਡੀ ਚੋਰੀ ਵਿੱਚ ਪਾਇਓ। ਜਿੱਥੇ ਦਿਲ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਆਏ ਰਿਸ਼ਤੇਦਾਰਾਂ ਦਾ ਧੰਨਵਾਦ ਆਖਦਾ ਹੈ, ਉੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰੀ ਧੰਨਵਾਦ ਆਖਦੇ ਹਨ, ਜਿਨ੍ਹਾਂ ਨੇ ਪਰਿਵਾਰ ਨੂੰ ਢਾਸਣਾ ਦਿੱਤਾ ਹੈ ਔਰ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦੀ ਤਾਕਤ ਦੇਣੀ। ਤੇ ਨਾਲ ਅਰਦਾਸ ਕਰਾਂਗਾ ਵਾਹਿਗੁਰੂ, ਅਰਦਾਸੀਏ ਸਿੰਘ ਨੂੰ ਅਰਦਾਸ ਕਰਨ ਦੀ ਪਾਵਰ ਨਹੀਂ ਤੇ ਸਾਨੂੰ ਅਰਦਾਸ ਵਿੱਚ ਮਨ ਟਿਕਾਓ ਲਿਆ ਕੇ ਪਵਿੱਤਰ ਹੁਕਮਨਾਮਾ ਸਰਵਣ ਕਰਨ ਦੀ ਤਾਕਤ ਨਹੀਂ, ਤੇਰੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ ਵਾਹਿਗੁਰੂ। ਤੇ ਮੈਂ ਵਿਸ਼ਾ ਆਰੰਭ ਕੀਤਾ ਸੀ, ਜਿਹੜੇ ਬੂਟੇ ਦੀ ਜੜ ਨਹੀਂ ਹੁੰਦੀ ਉਹਦੇ ਚੋਂ ਲੰਗਰ ਨਹੀਂ ਨਿਕਲਦੀ, ਆਹ ਰਬੜ ਦੇ ਬੂਟੇ ਪਏ ਨੇ, 20 ਸਾਲ ਦੇਖੀ ਜਾਇਓ ਇਹਦੇ ਚੋਂ ਲੰਗਰ ਨਹੀਂ ਨਿਕਲੇਗੀ, ਇਹਨਾਂ ਦੀਆਂ ਜੜਾਂ ਨਹੀਂ। ਤੇ ਜਿਹੜੇ ਸੱਜਣ ਦਿਲ ਵਿੱਚ ਕਹਿੰਦੇ ਨੇ ਅੰਬਰ ਵੇਲ ਦੀ ਕਿਹੜਾ ਜੜ ਹੁੰਦੀ ਹੈ, ਉਹ ਵੀ ਨਹੀਂ ਹੁੰਦੀ। ਜਿਹੜੇ ਬੂਟੇ ਦੇ ਡਿੱਗ ਪਵੇ ਦੀ ਖੈਰ ਨਹੀਂ ਹੁੰਦੀ, ਉਸ ਬੂਟੇ ਦੀ ਜੜ ਕੱਢ ਦਿੰਦੀ ਹੈ। ਕੱਢ ਕੇ ਆਖੋ ਸਤਨਾਮ, ਗੁੱਸਾ ਨਾ ਮਨਾਇਓ, ਬੇਈਮਾਨ ਬੰਦੇ ਦੀ ਜਿਹੜੇ ਬੰਦੇ ਨਾਲ ਬੇਈਮਾਨ ਤੁਰ ਪਿਆ ਜਾਂ ਰੋਲੀ ਵੀ ਕੱਢੂਗਾ, ਜਿਹਦੇ ਕੋਲੇ ਚੋਲ ਕੋਲ ਬਹਿ ਗਿਆ ਜਾਂ ਰੋਲੀ ਵੀ ਕੱਢੂਗਾ, ਮੋਗਾ ਕੱਢ ਕੇ ਆਪਣਾ ਸਤਨਾਮ ਗੁਰੂ ਪਿਆਰ ਪਾ ਲਿਓ। ਜਿੱਥੇ ਕਦੇ ਦਾਦਾ ਜਾ ਕਦੇ ਪੜਦਾ
ਗੱਲ ਲਈ ਧੰਨਵਾਦ ਸੁਰਜੈਨ ਸੌਰਵ ਫਰੀਦਕੋਟ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕੀਤਾ। ਜਿੱਥੇ ਪਰਿਵਾਰ ਵੱਲੋਂ ਸੰਗਤ ਦਾ ਧੰਨਵਾਦ ਕਰਦਾ ਹੈ, ਉੱਥੇ ਸਾਰੀ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ ਕਿ ਮਹਾਰਾਜ ਜੇ ਗਿੱਲ ਪਰਿਵਾਰ ਦੇ ਪਈਏ ਇਹ ਕਟਾਉਣੀ ਵੀ ਤੁਸੀਂ ਹੈ ਵਾਹਿਗੁਰੂ, ਸਾਨੂੰ ਸਾਰਿਆਂ ਨੂੰ ਭਾਣਾ ਮਰਨ ਦੀ ਤਾਕਤ ਦਿਓ। ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਸਾਰੀਆਂ ਸੰਗਤਾਂ ਰਲ ਕੇ ਪ੍ਰੇਮ ਨਾਲ ਕਰੀਏ। ਜਿੰਨੀ ਆਜੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਆਜੂ ਨੂੰ ਪੂਰਾ ਕਰਦੇ ਹੋਏ
ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਸੰਸਾਰ ਯਾਤਰਾ ਕਰਦੇ ਸਤਿਗੁਰੂ ਜੀ ਆਪ ਜੀ ਦੇ ਹੁਕਮ ਭਾਣੇ ਅਨੁਸਾਰ ਆਪ ਜੀ ਦੇ ਸਦੇ ਪੁੱਤਰ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਲਾਦੇ ਸਨ। ਮਾਤਾ ਜੀ ਦੀ ਆਤਮ ਸ਼ਾਂਤੀ ਵਾਸਤੇ ਉਹਨਾਂ ਦਾ ਸਮੂਹ ਪਰਿਵਾਰ ਪਵਿੱਤਰ ਗੁਰਬਾਣੀ ਦੇ ਸਹਿਜ ਪਾਠ ਪ੍ਰਾਪਤ ਕਰਾ ਕੇ ਹੋ ਪਾਏ। ਸ੍ਰੀ ਵਾਹਿਗੁਰੂ ਸਾਹਿਬ ਜੀ ਆਪੇ ਵਾਹਿਗੁਰੂ ਆਪੇ ਵਾਹਿਗੀ ਜੋ ਇਸ ਭਾਵ ਜਿਹੜਾ ਵਿਅਕਤੀ ਹੈ
ਉਹ ਆਪਣੀ ਯਾਤਰਾ ਪੂਰੀ ਕਰਕੇ ਇਸ ਸੰਸਾਰ ਦੇ ਉੱਪਰ ਚਲੇ ਜਾਂਦੇ ਹਨ। ਮੌਤ ਸਦਾ ਹੀ ਸਮੇਂ ਸਿਰ ਆਉਂਦੀ ਹੈ। ਸਾਡੀਆਂ ਜਿਹੜੀਆਂ ਲੋੜਾਂ ਉਹ ਸਾਨੂੰ ਐਂ ਲੱਗਦਾ ਵੀ ਅਨਿਆਈ ਮੌਤ ਹੈ। ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲਵਾਂ। ਸਰਦਾਰਨੀ ਗੁਰਵੀਰ ਕੌਰ ਜੀ, ਜੋ ਕਿ ਇੱਕ ਬਹੁਤ ਹੀ ਗੁਰਮੁਖ ਗੁਰੂ 'ਤੇ ਵਿਸ਼ਵਾਸ ਰੱਖਣ ਵਾਲੇ ਅਤੇ ਗੁਰਬਾਣੀ ਦਾ ਬਹੁਤ ਹੀ ਸਤਿਕਾਰ ਕਰਨ ਵਾਲੇ ਇਨਸਾਨ, ਸਾਡੇ ਗੁਰਦੁਆਰਾ ਸਾਹਿਬ ਬਹੁਤ ਸਮੇਂ ਤੋਂ ਜਿਹਨਾਂ ਚੋਂ ਗੁਰਮੀਰ ਐਵਨਿਊ ਵਿੱਚ ਰਹੇ, ਬਹੁਤ ਸੇਵਾ ਕੀਤੀ, ਗਰੀਨ ਐਵਨਿਊ ਵੀ ਜਾ ਕੇ ਜਿਹਨਾਂ 'ਚ ਉਹਨਾਂ ਦਾ ਸਰੀਰ ਕੰਮ ਕਰਦਾ ਰਿਹਾ, ਉਹ ਉੱਥੋਂ ਵੀ ਉੱਥੇ ਹਾਜ਼ਰੀ ਭਰਦੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇ ਸੰਗਤਾਂ ਦੇ ਵਿੱਚ ਕਰਨਾ, ਸੁਖ ਸਹਿਜ ਪਾਠ ਸੈਂਚੀਆਂ ਤੋਂ ਸੰਗਤਾਂ ਨੂੰ ਸ਼ੁਰੂ ਕਰਵਾਏ, ਜਦੋਂ ਸ਼ਤਾਬਦੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਸ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਦਾ ਸਹਿਜ ਪਾਠ ਆਰੰਭ ਹੀ ਰੱਖਿਆ, ਪਾਠ ਪੂਰਾ ਹੋਣਾ, ਭੁੱਖ ਪਾਉਣਾ। ਪਿਛਲੇ ਸਾਲ ਅਸੀਂ ਇੱਕ ਸੰਸਥਾ ਬਣਾਈ ਹੋਈ ਹੈ ਬੀਬੀਆਂ ਦੀ, ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਐਤਵਾਰ। ਉਹਨਾਂ ਵਿੱਚ ਇਹ ਮੈਂਬਰ ਸਨ ਅਤੇ ਸਾਰਾ ਸਾਲ ਉਹ ਪਿਛਲੇ ਸਾਲ ਆਉਂਦੇ ਰਹੇ। ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੁੰਦਾ ਹੈ, ਸਵਾ ਮਹੀਨਾ ਰੇੜੀ ਮਹੀਨਾ ਸੰਤਾਂ ਹਰ ਰੋਜ਼ ਪਾਠ ਕਰਦੀਆਂ ਹਨ। ਇਸ ਵਾਰ ਉਹ ਹਾਜ਼ਰੀ ਨਹੀਂ ਭਰ ਸਕੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਸਮਾਂ ਬਹੁਤ ਹੋ ਚੁੱਕਾ ਹੈ, ਜੇ ਮੈਂ ਉਹਨਾਂ ਦੀਆਂ ਗੱਲਾਂ ਕਰਾਂ ਤਾਂ ਸ਼ਾਇਦ ਕਾਫੀ ਸਮਾਂ ਲੱਗ ਜਾਏ। ਪਰਿਵਾਰ ਜੀ ਵੀ ਹਾਜ਼ਰੀਆਂ ਭਰਨੀਆਂ, ਬੱਚਿਆਂ ਦੇ ਨਾਲ ਬੱਚਿਆਂ ਨੂੰ ਬਾਣੀ ਸਿਖਾਉਣੀ, ਉਹਨਾਂ ਦੀ ਬੇਟੀ ਨੇ ਪੰਜ ਬਾਣੀਆਂ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਗੁਰਦੁਆਰਾ ਸਾਹਿਬ ਵਿਖੇ ਸਿੱਖਿਆ ਸਹਿਤ ਪਾਠ ਕਰਨਾ। ਸੋ ਗੁਰਮੁਖ ਪਰਿਵਾਰ ਜਿਨ੍ਹਾਂ ਦਾ ਗੁਰਬਾਣੀ 'ਤੇ ਅਥਾਹ ਵਿਸ਼ਵਾਸ ਸੀ, ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਨੇ ਉਹਨਾਂ ਨੇ ਜ਼ਰੂਰ ਆਪਣੇ ਚਰਨਾਂ ਵਿੱਚ ਅਸਥਾਨ ਦਿੱਤਾ ਹੋਵੇਗਾ। ਪਰ ਜੋ ਸਮਾਂ ਮੰਗ ਕਰਦਾ ਹੈ, ਆਪਣਾ ਆਪਾਂ ਸਾਰੇ ਅੱਜ ਇਸ ਇਕੱਤਰ ਹੋਏ ਹਾਂ ਅਰਦਾਸ ਬੇਨਤੀ ਕਰਨ ਲਈ, ਅਰਦਾਸ ਬੇਨਤੀ ਕੀਤੀ ਹੈ। ਸੋ ਗੁਰਦੁਆਰਾ ਸਾਹਿਬ ਗੁਰਵੀਰ ਐਵਨਿਊ ਦੀਆਂ ਸੰਗਤਾਂ ਵੱਲੋਂ, ਸੇਵਾਦਾਰਾਂ ਵੱਲੋਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਇਸੇ ਪਰਿਵਾਰ ਨੂੰ ਉਹਨਾਂ ਦੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅੱਜ ਉਹਨਾਂ ਦੀ ਯਾਦ ਵਿੱਚ 4 ਤੋਂ 5:30 ਵਜੇ ਤੱਕ ਦੀਵਿਆਂ ਦੇ ਸੁਖਮਨੀ ਸਾਹਿਬ ਦੇ ਪਾਠ ਕਰ ਰਹੇ ਹਾਂ, ਅੰਤਮ ਅਰਦਾਸ ਉੱਥੇ ਫਿਰ ਅਰਦਾਸ ਹੋਵੇਗੀ। ਸੋ ਜਿੰਨੀਆਂ ਵੀ ਸੰਗਤਾਂ ਗਿਰ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਇੱਥੇ ਆਏ ਹਨ, ਇਹਦੇ ਦੁੱਖ ਵਡਾਇਆ ਘੱਟਦਾ ਹੈ, ਖੁਸ਼ੀ ਵਡਾਇਆ ਵੱਧ ਰਹੀ ਹੈ, ਦੁੱਖ ਵਡਾਉਣ ਵਾਸਤੇ ਜਿੰਨੀਆਂ ਵੀ ਸੰਗਤਾਂ ਆਈਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਗਰ